आलूवालिया स्थित शिवाला के शिव भक्त लॉकडाउन के बाद रोजाना दाल रोटी की सेवा कर रहे हैं। कटरा आलूवालिया, कटरा बगिया, हॉलगेट व रेलवे स्टेशन के नजदीक जरूरतमंद लोगों को दाल रोटी व दवाइयां देकर सेवा की जा रही है। शिव भक्तों की प्रशासन से अपील थी कि उन्हें इन स्थानों पर सेवा करते समय प्रशासन सहयोग दे। ਸਹਿਯੋਗ ਦੇਣ। ਅਸੀਂ ਸੇਵਾ ਦਾ ਕੰਮ ਕਰ ਰਹੇ ਹਾਂ, ਆਪਣਾ ਕੋਈ ਪਰਸਨਲ ਕੰਮ ਨਹੀਂ ਕਰ ਰਹੇ ਅਸੀਂ ਕੋਈ ਵੀ। ਮੋਸਟਲੀ ਆਪਾਂ ਸਾਰਾ ਮੋਸਟਲੀ ਕਵਰ ਕਰੀਦਾ, ਦਵਾਸਾ ਦਾ ਏਰੀਆ ਕਵਰ ਕਰੀਦਾ ਹੈਗਾ, ਆਪਾਂ ਕਿਸੇ ਨੇ ਕਟਰਾ ਹੋ ਗਿਆ, ਹਾਲਵੇ ਹੋ ਗਿਆ, ਸਟੇਸ਼ਨ ਦਾ ਪਾਸਾ ਹੋ ਗਿਆ, ਮੋਸਟਲੀ ਮੋਸਟਲੀ ਪਾਸਾ ਕਵਰ ਕਰੀਦੀ। ਲੋੜਵੰਦ ਲੋਕ ਬੈਠੇ ਹੁੰਦੇ ਆ, ਉਹਨਾਂ ਨੂੰ ਰੋਟੀ ਚਾਹੀਦੀ, ਪਾਸਾ ਵੀ ਨਹੀਂ ਮਿਲਦਾ। ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਜ਼ਿਲ੍ਹਾ ਅਧਿਕਾਰੀ ਕੋਲ ਪੁਲਿਸ ਵਾਲੇ ਥੋੜ੍ਹੀ ਪ੍ਰੋਬਲਮ ਆ ਰਹੀ ਹੈ, ਖਿਲਾ ਲੈਂਦੇ ਆ, ਤੁਹਾਨੂੰ ਪ੍ਰੋਬਲਮ ਹੈ ਮੋਸਟਲੀ ਹੋ ਰਹੀ। ਆਪਾਂ ਸਾਰੇ ਪ੍ਰਸ਼ਾਸਨ ਨੂੰ ਮੰਗ ਕਰਦੇ ਸਾਡਾ ਸਹਿਯੋਗ ਕਰਨ, ਆਪਾਂ ਉਹਨਾਂ ਦੀ ਲੋਕਾਂ ਦੀ ਹੈਲਪ ਕਰ ਰਹੇ ਹਾਂ ਜਿਹਨਾਂ ਲੋੜਵੰਦ ਹੈਗੇ ਆ, ਜਿਹਨਾਂ ਦਾਲ ਰੋਟੀ ਨਹੀਂ ਮਿਲੇਗੀ। ਅਸੀਂ ਪ੍ਰਸ਼ਾਸਨ ਵੱਲੋਂ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਨੂੰ ਸਾਡਾ ਸਹਿਯੋਗ ਦੇਣ, ਸਾਨੂੰ ਜਦੋਂ ਸੇਵਾ ਕਰ ਰਹੇ ਹਾਂ ਸੇਵਾ ਕਰਨ ਦਾ ਮੌਕਾ ਦੇਣ ਦੇ ਵਿੱਚ। ਮੈਂ ਗੌਰਵ ਸ਼ਰਮਾ ਜੀ, ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਆਹ ਵਾਇਰਸ ਦੇ ਵਿੱਚ ਆਪਣੇ ਘਰਾਂ 'ਚ ਰਹਿਣ। ਅਸੀਂ ਸਾਰਾ ਰਾਸ਼ਨ ਤੁਹਾਡੇ ਜਿੰਨਾ ਜਿਹੜਾ ਵੀ ਲੋੜਵੰਦ ਬੰਦਾ ਸਾਡੇ ਨਾਲ ਸਾਡੇ ਫੋਨ ਨੰਬਰ ਲਓ ਅਤੇ ਆਪਾਂ ਤੁਹਾਡੇ ਘਰਾਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰਾਂਗੇ। ਪ੍ਰੋਬਲਮ ਭਾਅ ਜੀ ਇਹੀ ਆਉਂਦੀ ਹੈ, ਆਪਾਂ ਵੰਡਣ ਜਾਈਦਾ ਦਾਲ ਫੁਲਕਾ ਬਣਾਈਦਾ, 1500-2000 ਫੁਲਕਾ ਬਣਾਈਦਾ ਰੋਜ਼। ਅਸੀਂ ਸਾਰਾ ਏਰੀਆ ਆਂਧ ਵਿਦਾਲਿਆ, ਲੋਹਗੜ੍ਹ, ਦਰਬਾਰ ਸਾਹਿਬ, ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਥੋੜ੍ਹਾ ਜਿਹਾ ਸਹਾਇਤਾ ਚਾਹੀਦੀ ਹੈ। ਉਹ ਰੋਕਦੇ ਅਸੀਂ ਲੰਗਰ ਲੈਣ ਜਾਂਦੇ ਹਾਂ, ਹਰ ਬੰਦੇ ਕੋਲ ਪਾਸ ਨਹੀਂ ਹੁੰਦਾ, 3-4 ਜਿਨ੍ਹਾਂ ਦੇ ਬਣੇ ਆ, ਬਾਕੀ ਦੇ ਨਹੀਂ ਬਣੇ ਆ ਪਾਸ। ਸਾਡੇ ਕੋਲ ਸਮਾਨ ਜ਼ਿਆਦਾ ਹੁੰਦਾ ਭਾਅ ਜੀ। ਹਾਂਜੀ, ਸਰਕਾਰ ਵੱਲੋਂ ਇਹੀ ਮੰਗ ਕਰਦੇ ਹਾਂ, ਸਰਕਾਰ ਸਾਡੀ ਸਹਾਇਤਾ ਕਰੇ ਜੀ। ਅਸੀਂ ਆਪਣੇ ਘਰ ਦਾ ਕੰਮ ਨਹੀਂ ਕਰਦੇ ਪਏ, ਮਦਦ ਕਰਦੇ ਪਏ ਗਰੀਬ ਬੰਦਿਆਂ ਦੀ, ਲੋਕਾਂ ਦੀ, ਇਹੀ ਬਸ ਮੰਗ ਆ ਜੀ।